ਟੁਡੇ ਆਮ ਗੋਇੰਗ ਟੂ ਗਿਵ ਯੂ ਅ ਸੈਂਟਰ ਆਈਡੀਆ ਆਫ ਪੋਇਮ ਫਾਦਰ ਰਿਟਰਨਿੰਗ ਹੋਮ ਅੱਜ ਆਪਾਂ ਸੈਂਟਰ ਆਈਡੀਆ ਕਰਾਂਗੇ ਪੋਇਮ ਦਾ ਫਾਦਰ ਰਿਟਰਨਿੰਗ ਹੋਮ ਇਹਦਾ ਮਤਲਬ ਆ ਫਾਦਰ ਦਾ ਘਰੇ ਵਾਪਸੀ ਕਰਨਾ ਦਾ ਪੋਇਮ ਇਜ਼ ਬੇਸਡ ਔਨ ਆਈਡੀਆ ਪੋਇਮ ਇਸ ਵਿਸ਼ੇ ਤੇ ਆਧਾਰਿਤ ਆ ਆਫ ਮੈਨ ਸਟ੍ਰੇਂਜਮੈਂਟ ਫਰਮ ਇਨ ਦਾ ਮੈਨ ਮੇਡ ਵਰਲਡ ਕਿ ਮਨੁੱਖ ਦੀ ਵਿਵਸਥਾ ਸਹੀ ਨਹੀਂ ਹੋਏਗੀ ਆਪ ਦੇ ਦੁਆਰਾ ਬਣਾਏ ਗਏ ਸੰਸਾਰ ਦੇ ਵਿੱਚ ਮੈਨ ਮੇਡ 월 ਦਾ ਮਤਲਬ ਹੁੰਦਾ ਸੰਸਾਰ ਆਪ ਦੇ ਦੁਆਰਾ ਬਣਾਇਆ ਗਿਆ ਸੰਸਾਰ ਇਨਸਟ੍ਰੇਜਮੈਂਟ ਦਾ ਮਤਲਬ ਹੁੰਦਾ ਸਹੀ ਤਰ੍ਹਾਂ ਵਿਵਹਾਰ ਨਹੀਂ ਕਰ ਰਿਆ ਵਿਵਸਥਾ ਨਹੀਂ ਸਹੀ ਹੈਗੀ ਉਹਦੀ this world is full of hurry and worry ਇਹ ਜਿਹੜਾ ਸੰਸਾਰ ਆ ਪੂਰੀ ਭੱਜ ਦੌੜ ਦੇ ਵਿੱਚ ਲੱਗਿਆ ਹੋਇਆ ਨੋਬਾਡੀ ਹੈਜ਼ ਦਾ ਟਾਈਮ ਕਿਸੇ ਵਿਅਕਤੀ ਕੋ ਸਮਾਂ ਨਹੀਂ ਹੈਗਾ ਟੂ ਟੇਕ ਇੰਟਰਸਟ ਇਨ ਅਦਰ ਦੂਜਿਆਂ ਦੇ ਵਿੱਚ ਦਿਲਚਸਪੀ ਲੈਣ ਦੇ ਲਈ اسپੈਸ਼ਲੀ ਦਾ ਸੀਨੀਅਰ ਸਿਟੀਜ਼ਨਸ ਖਾਸ ਤੌਰ ਦੇ ਉੱਤੇ اسپੈਸ਼ਲੀ ਖਾਸ ਤੌਰ ਦੇ ਉੱਤੇ ਸੀਨੀਅਰ ਸਿਟੀਜ਼ਨ ਦੇ ਲਈ ਸੀਨੀਅਰ ਸਿਟੀਜ਼ਨ ਬੁੱਢੇ ਲੋਕ ਦਾ ਪੋਇਮ ਗਿਵਸ ਪੋਇਮ ਸਾਨੂੰ ਦੱਸਦੀ ਆ ਦਾ ਪਿਕਚਰ ਆਫ ਅ ਸੈਡ 올ਡ ਮੈਨ ਕਿਦੇ ਬਾਰੇ ਦੱਸਦੀ ਆ ਇੱਕ ਬੁੱਢੇ ਉਦਾਸ ਵਿਅਕਤੀ ਦੇ ਬਾਰੇ ਦੱਸਦੀ ਆ ਹੀ ਟਰੈਵਲਸ ਟੂ ਵਰਕ ਬਾਏ ਅ ਲੋਕਲ ਟ੍ਰੇਨ ਕਹਿੰਦੇ ਉਹ ਹਮੇਸ਼ਾ ਸਫਰ ਕਰਦਾ ਆ ਆਪਦੇ ਕੰਮ ਤੇ ਜਾਂਦਾ ਆ ਕਿਵੇਂ ਕੰਮ ਤੇ ਜਾਂਦਾ ਉਹ ਲੋਕਲ ਟ੍ਰੇਨ ਦੇ ਦੁਆਰਾ ਐਵਰੀ ਡੇ ਇਨ ਦਾ ਮੁੰਬਈ ਹਰ ਰੋਜ਼ ਮੁੰਬਈ ਦੇ ਵਿੱਚ ਜਾਂਦਾ ਆ ਹਿਸ ਆਈਸੋਲੇਸ਼ਨ ਆਈਸੋਲੇਸ਼ਨ ਦਾ ਮਤਲਬ ਕੱਲਾਪਨ ਇਸ ਸੀਨ ਇਨ ਹਿਸ ਇਨਬਿਲਟੀ ਟੂ ਹੈਵ ਡਾਇਲੌਗ ਵਿਦ ਹਿਸ ਫੈਮਿਲੀ ਉਹ ਤੋਂ ਸਾਨੂੰ ਪਤਾ ਲੱਗਦਾ ਵੀ ਉਹਦੇ ਚ ਯੋਗਤਾ ਖਤਮ ਹੋ ਗਈ ਆ ਉਹਦੀ ਕੋਈ ਗੱਲਬਾਤ ਨਹੀਂ ਹੁੰਦੀ ਆਪਦੀ ਫੈਮਿਲੀ ਦੇ ਨਾਲ ਔਰ ਜਾਂ ਫਿਰ ਉਹਦੇ ਫਰੈਂਡਸ ਦੇ ਨਾਲ ਹੀ ਫੀਲਸ ਅਨਈਜ਼ੀ ਅਨੀਜ਼ੀ ਦਾ ਮਤਲਬ ਹੁੰਦਾ ਅਸਹਿਜ ਮਹਿਸੂਸ ਕਰਨਾ ਵਧੀਆ ਮਹਿਸੂਸ ਨਹੀਂ ਕਰ ਰਿਹਾ ਉਹ ਇਨ ਹਿਸ ਪ੍ਰੈਜ਼ੈਂਟ ਆਪ ਦੇ ਜਿਹੜਾ ਹੋਣ ਵਾਲਾ ਸਮਾਂ ਚੱਲ ਰਿਹਾ ਉਹਦੇ ਵਿੱਚ ਹੀ ਸੀਕਸ ਕੰਸੋਲੇਸ਼ਨ ਇਨ ਦਾ ਵਰਲਡ ਆਫ ਪਾਸਟ ਕਹਿੰਦੇ ਉਹ ਕੀ ਆ ਆਰਾਮ ਮਹਿਸੂਸ ਕਰਦਾ ਜਦੋਂ ਉਹ ਸੁਪਨਿਆਂ ਦੇ ਵਿੱਚ ਆਪਣੇ ਪੁਰਾਣੇ ਸੰਸਾਰ ਦੇ ਵਿੱਚ ਪਹੁੰਚ ਜਾਂਦਾ ਜਿਹੜਾ ਬੀਤਿਆ ਹੋਇਆ ਸਮਾਂ ਉਹਦੇ ਵਿੱਚ ਚਲਿਆ ਜਾਂਦਾ ਔਰ ਇਨ ਦਾ ਵਰਲਡ ਆਫ ਹਿਸ ਡ੍ਰੀਮ ਜਾਂ ਫਿਰ ਆਪਣੇ ਜਿਹੜਾ ਸੁਪਨਿਆਂ ਦਾ ਸੰਸਾਰ ਆ ਉਹਦੇ ਵਿੱਚ ਪਹੁੰਚ ਜਾਂਦਾ ਉੱਥੇ ਜਾ ਕੇ ਉਹਨੂੰ ਆਰਾਮ ਮਹਿਸੂਸ ਕਰਦਾ ਉਹਨੂੰ ਵਧੀਆ ਲੱਗਦਾ ਆ That's your central idea of poem, Father Returning Home. If you like my video, kindly sus subscribe my channel, share it, and like it. Thanks for watching.